ਅੱਗੇ ਪਿੱਛੇ ਰਾਜੇ, ਉਥਾ ਤੇ ਨੋਈ ਨੋਈ ਚੀਜ਼ਾਂ ਲੱਗ ਰਹੀਆਂ ਹਰੇਥੀਆਂ ਉਹਨੇ, ਕੋਈ ਚਿੱਟਾ, ਕੋਈ ਕੁਛ, ਕੋਈ ਕੁਛ। ਇਹਨੋਨੇ ਹਮਾਰੇ ਜੋ ਹੈ ਯੂਥ ਕੋ ਪੂਰੀ ਤਰ੍ਹਾਂ ਸੇ ਜੋ ਹੈ ਵੋ ਬਰਬਾਦ ਕਰ ਦਿਆ। ਤਾਂ ਹਾਂ, ਇਹਨਾਂ ਤੇ ਨਹੀਂ ਕੁਛ ਸਿੱਖਣਾ ਆ, ਜੋ ਚਾਹੇ ਚਿੱਟਾ ਹੋ, ਚਾਹੇ ਉਗਰਤਾ ਹੋ, ਚਾਹੇ ਕੁਛ ਵੀ ਹੋ। ਤੁਹਾਨੂੰ ਪਤਾ ਮੈਂ ਕੁਛ ਰਾਜੇ ਦੀ ਗੱਲ ਕਰੀ ਰਹੀ। ਰਹੀ ਗੱਲ ਜਿਹੜੀ ਉਹਨੇ ਲੜਕੀ ਕਹਿੰਦੀ ਆ ਵੀ ਪੰਜਾਬ ਦੇ ਲੋਕ ਨਿਸ਼ੇੜੀ ਨੇ, ਸਾਡੇ ਮੁੰਡਿਆਂ ਨੂੰ ਖਰਾਬ ਕਰਦੇ ਆ। ਤੇ ਬੀਬੀ, ਇਹਨੂੰ ਪੁੱਛਣਾ ਚਾਹੁੰਦੇ ਵੀ ਤੈਨੂੰ ਕਿਹਨੇ ਖਰਾਬ ਕਰਤਾ? ਤੂੰ ਤੇ ਖੁਦ ਆਪ ਮੰਨ ਚੁੱਕੀ ਆ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਕਿ ਮੈਂ ਅਡਿਕਟਡ ਹਾਂ। ਅਤੇ ਜਿਹੜੀ ਲੜਕੀ ਖੁਦ ਅਡਿਕਟਡ ਹੈ ਉਹ ਦੂਸਰਿਆਂ ਬਾਰੇ ਗੱਲਾਂ ਕਰੇ, ਫਿਰ ਉਹਦੇ ਵੱਲੋਂ ਇਹ ਕਹਿਣਾ ਵੀ ਇਹ ਮਤਲਬ ਗਰਮ ਜੋਸ਼ੀ ਵਾਲੇ ਨੇ, ਗਰਮ ਨੇ, ਯੇ ਨੇ, ਵੋ ਨੇ। ਮੈਂ ਇਹਦੇ 'ਤੇ ਵੀ ਉਹਨੂੰ ਬੇਨਤੀ ਕਰਦਾ ਕਿ ਘੱਟ ਬੋਲ, ਸਿਆਣੀ ਬਣ। ਬੜਾ ਉਗਰ ਇਨਕਾ ਸੁਭਾਵ ਹੋਤਾ ਹੈ, ਬਾਈਕ ਕਬਰਾਂ ਪਰ ਬਾਈ ਹੋ ਹੱਲਾ ਕਰਾਏ, ਡਰੱਗਸ ਕਰਾਏ, ਪਤਾ ਨਹੀਂ ਕਿਹੜੀ ਕਿਹੜੀ ਸ਼ਰਾਬਾਂ ਪੀਏ, ਪਰ ਬਾਈ ਉਤਪਾਤ ਮਚਾਏ ਰਹਾ ਹੋਏ ਨੇ। ਜਿਹੜੀ ਉਹਨੂੰ ਕੁੜੀ ਨੇ ਗੱਲ ਕੀਤੀ ਹੈ ਕਿ ਪੰਜਾਬ ਤੋਂ ਨਸ਼ਾ ਆ ਗਿਆ, ਮੈਂ ਉਸ ਲੜਕੀ ਨੂੰ ਪੁੱਛਣਾ ਚਾਹੁੰਦਾ ਅਤੇ ਨਾਲ ਹੀ ਮੈਂ ਉਹਦੇ ਆਕਾਵਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਪੰਜਾਬ ਦੀ ਸਰਹੱਦ ਨੂੰ ਤੁਸੀਂ 50 ਕਿਲੋਮੀਟਰ ਤੱਕ BSF ਦੇ ਹਵਾਲੇ ਕਰਤਾ, ਕਿੰਨਾ ਕੁ ਪੰਜਾਬ ਤੋਂ ਆ ਰਿਹਾ ਜੀ? ਅਤੇ ਜਿਹੜਾ ਘੱਟੋ ਘੱਟ 30 ਕੁਇੰਟਲ ਚਿੱਟਾ ਗੁਜਰਾਤ ਦੇ ਅੰਦਰ ਅਡਾਨੀਆਂ ਦੀ ਬੰਦਰਗਾਹ ਤੋਂ ਆਇਆ, ਉਹਦੇ ਬਾਰੇ ਅੱਜ ਤੱਕ ਕੀ ਫੈਸਲਾ ਲਿਆ ਜੀ? ਕਿਸੇ ਨੇ ਕੀ ਕੀਤਾ ਉਹ 'ਤੇ? ਕੀ ਕਾਰਵਾਈ? ਉਹ ਕਿੱਧਰ ਗਿਆ? ਕਿੱਥੇ ਸਮਾ ਗਿਆ? ਉਹਦੇ 'ਤੇ ਕੋਈ ਨਹੀਂ ਬੋਲਿਆ। ਸਾਡਾ ਮੰਨਣਾ ਹੈ ਕਿ ਪੂਰੇ ਦੇਸ਼ ਨੂੰ ਚਿੱਟਾ ਵੰਡਣ ਦਾ ਵੀ ਕੰਮ ਮੋਦੀ ਜੀ ਦੇ ਮਿੱਤਰ ਅਡਾਨੀਆਂ ਦੀ, ਜੇਕਰ ਉੱਥੋਂ ਉਹ ਆਇਆ ਅਤੇ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ, ਤਾਂ ਪੂਰੇ ਦੇਸ਼ ਦੇ ਅੰਦਰ ਸਾਡੇ ਲੋਕਾਂ ਦਾ ਬੇੜਾ ਗਰਕ ਕਰਨ ਦਾ ਕੰਮ ਇਸ ਪਾਰਟੀ ਵੱਲੋਂ ਕੀਤਾ ਜਾ ਰਿਹਾ। ਰਹੀ ਗੱਲ ਜਿਹੜੀ ਉਹਨੇ ਲੜਕੀ ਕਹਿੰਦੀ ਆ ਵੀ ਪੰਜਾਬ ਦੇ ਲੋਕ ਨਿਸ਼ੇੜੀ ਨੇ, ਸਾਡੇ ਮੁੰਡਿਆਂ ਨੂੰ ਖਰਾਬ ਕਰਦੇ ਆ, ਇਹ ਬੀਬੀ ਇਹਨੂੰ ਪੁੱਛਣਾ ਚਾਹੁੰਦੇ ਵੀ ਤੈਨੂੰ ਕਿਹਨੇ ਖਰਾਬ ਕਰਤਾ? ਤੂੰ ਤੇ ਖੁਦ ਆਪ ਮੰਨ ਚੁੱਕੀ ਆ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਕਿ ਮੈਂ ਅਡਿਕਟਡ ਹਾਂ। ਅਤੇ ਜਿਹੜੀ ਲੜਕੀ ਖੁਦ ਅਡਿਕਟਡ ਹੈ ਉਹ ਦੂਸਰਿਆਂ ਬਾਰੇ ਗੱਲਾਂ ਕਰੇ, ਫਿਰ ਉਹਦੇ ਵੱਲੋਂ ਇਹ ਕਹਿਣਾ ਵੀ ਇਹ ਮਤਲਬ ਗਰਮ ਜੋਸ਼ੀ ਵਾਲੇ ਨੇ, ਗਰਮ ਨੇ, ਯੇ ਨੇ, ਵੋ ਨੇ। ਮੈਂ ਇਹਦੇ 'ਤੇ ਵੀ ਉਹਨੂੰ ਬੇਨਤੀ ਕਰਦਾ ਕਿ ਘੱਟ ਬੋਲ, ਸਿਆਣੀ ਬਣ। ਤੂੰ ਅੱਜ ਇੱਕ MP ਆ, ਦੇਸ਼ ਦੀ ਏਕਤਾ ਰੱਖਣੀ ਤੇਰੀ ਜ਼ਿੰਮੇਵਾਰੀ ਬਣਦੀ ਹੈ, ਤੇਰੀ ਇਹ ਕੰਮ ਨਹੀਂ ਜਿਹੜਾ ਕੋਈ ਤੂੰ ਕਰ ਰਹੀ ਆ।